ਅਸਲਾਮ ਵਾਲੇਕਮ ਦੋਸਤ, ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਹੁਸੈਨ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਹੁਸੈਨ ਜੋਈਆ। ਇਹ ਜੀ ਮੈਂ ਗਾਂ ਦੀ ਇੱਕ ਚੁਆਈ ਕਰਾਉਣ ਆ ਰਿਹਾ। ਇੱਕ ਭਾਈ ਨੇ ਕਿਹਾ ਸੀ ਕਿ ਚੁਆਈ ਜੀ ਚੁਆਈ ਦਾ ਆਪਣਾ ਚੁਆਈ ਦੀ ਵੀਡੀਓ ਭੇਜੋ, ਅਤੇ ਉਹ ਮੈਂ ਜਨਾਬ ਆ ਬੱਚਾ ਛੱਡ ਦਿੱਤਾ ਮਾਲਕ ਨੇ। ਆ ਤੁਹਾਡੇ ਸਾਹਮਣੇ ਸਭ ਕੁਛ ਹੋ ਰਿਹਾ, ਬੱਚਾ ਪੈ ਗਿਆ ਜੀ ਤੁਹਾਡੇ ਸਾਹਮਣੇ, ਚੁਆਈ ਹੋਵੇਗੀ ਸਾਹਮਣੇ, ਸਾਰਾ ਕੁਛ ਹੋਵੇਗਾ। ਕੈਮਰਾਮੈਨ ਸਾਹਿਬ ਇੱਕ ਸਾਈਡ 'ਤੇ ਹੋ ਜਾਓ, ਤੁਸੀਂ ਇੱਧਰ ਹੋ ਜਾਓ। ਸਾਹਮਣੇ ਚੁਆਈ ਹੋਵੇਗੀ ਤੁਹਾਡੇ, ਜਿੰਨਾ ਇਹ ਦੁੱਧ ਦੇਗੀ ਤੁਹਾਨੂੰ ਪਤਾ ਲੱਗ ਜਾਏਗਾ, ਗੜਵੀਆਂ ਮਾਰ ਲਾਂਗਾ ਮੈਂ ਤੁਹਾਡੀ ਅੱਖਾਂ ਦੇ ਸਾਹਮਣੇ। ਅਤੇ ਇਹ ਮਾਲਕ ਨੇ ਜੀ ਬੱਚੇ ਛੱਡਤਾ ਗਾਂ ਥੱਲੇ, ਟੰਗਾ ਪਾ ਰਿਹਾ ਗਾਂ ਨੂੰ, ਅਤੇ ਤੁਹਾਡੇ ਸਾਹਮਣੇ ਸਾਰਾ ਕੁਛ ਹੋ ਰਿਹਾ। ਅਤੇ ਮਦਰ ਹੁਸੈਨ ਟੀਵੀ ਤਸੱਲੀ ਕਰਵਾ ਦੇਗਾ, ਇਹ ਗਾਂ ਹੈ ਜੀ ਸਾਹੀਵਾਲ, ਪਿਓਰ ਸਾਹੀਵਾਲ ਨਸਲ ਹੈ, ਤੀਸਰਾ ਸੂਆ ਹੈ। ਇਹ ਯਾਰ ਇੱਧਰੋਂ ਆ, ਸਾਰੀ ਲਿਬੜ ਜਾਣੀ ਤਾਰ, ਇੱਥੇ ਆ ਜਾ ਇੱਕ ਮਣੇ, ਇੱਥੇ ਆ ਜਾ ਛੋਟੇ ਮੰਜੀ, ਇੱਥੇ ਲਿਆਉਰਾ ਮੈਂ ਜੀ ਸਾਹਮਣੇ। ਕੈਮਰਾਮੈਨ ਸਾਹਿਬ ਤਸੱਲੀ ਨਾਲ ਨਾ ਕੈਮਰਾ ਸਾਹਮਣੇ ਲਾ ਕੇ ਰੱਖੋ, ਤਾਂ ਕਿ ਕੋਈ ਛੱਟਾ ਫੁਹਾਰਾ ਜਾਂ ਕੋਈ ਇੱਥੇ ਕੱਢ, ਬਸ ਠੀਕ ਹੋ ਗਿਆ। ਇਹ ਮੇਰਾ ਕੈਮਰਾਮੈਨ ਤਸੱਲੀਆਂ ਕਰਵਾਏਗਾ, ਜਿਵੇਂ ਗਾਂ ਚੁਪੇਗੀ ਉਵੇਂ ਆਪਾਂ ਗੜਵੀਆਂ ਮਾਰ ਲਾਂਗੇ। ਸਾਹਮਣੇ ਆ ਜਾਏਗਾ ਦੁੱਧ ਦਾ ਰਿਕਾਰਡ ਕਿੰਨਾ ਹੈ। ਇਹ ਮੈਂ ਸਾਰੀਆਂ ਤਸੱਲੀਆਂ ਕਰਵਾ ਲੈਂਦਾ ਜੀ। ਚੁਆਈ ਤਾਂ ਮੈਂ ਇਸ ਗਾਂ ਦੀ ਅੱਗੇ ਵੀ ਇੱਕ ਵਾਰੀ ਕਰਵਾਈ ਹੈ, ਵੀਡੀਓ ਵੀ ਇਹਦੀ ਚਾੜੀ, ਲੇਕਿਨ ਮੇਰੇ ਭਾਈ ਨੇ ਜਿਹਨੇ ਲੈਣੀ ਸੀ ਉਹ ਕਹਿੰਦਾ ਵੀ ਮਦਰ ਭਾਈ ਇੱਕ ਵਾਰੀ ਚੁਆਈ ਤੁਸੀਂ ਮੈਨੂੰ ਹੋਰ ਭੇਜੋ ਇਸ ਗਾਂ ਦੀ, ਫਿਰ ਮੇਰੀ ਤਸੱਲੀ ਹੋਵੇਗੀ। ਇਹ ਭਾਈ ਦੀ ਮੈਂ ਜਨਾਬ ਤਸੱਲੀ ਕਰਵਾ ਦਿੰਦਾ। ਇਹ ਗਾਂ ਹੈ ਜੀ, ਮੇਰਾ ਕੈਮਰਾਮੈਨ ਤਸੱਲੀਆਂ ਕਰਵਾਏਗਾ ਤੁਹਾਡੀਆਂ। ਭਾਈ ਅਕਰਮ ਪਹਿਲੇ ਤੁਸੀਂ ਅਗਲੇ ਥਣ 'ਚ ਆਉਣੇ ਨੇ, ਫਿਰ ਪਿਛਲੇ ਥਣ 'ਚ ਆਉਣੇ ਨੇ। ਬਾਲਟੀ ਵਿਖਾਓ, ਬਾਲਟੀ ਵਿਖਾਓ, ਇਹ ਬਾਲਟੀ ਵੇਖ ਲਓ ਦੋਸਤ, ਠੀਕ ਹੋ ਗਿਆ, ਠੀਕ ਹੋ ਗਿਆ। ਚੋਵੋ ਜੀ ਪਹਿਲੇ ਅਗਲੇ ਥਣ 'ਚ ਆਓ, ਫਿਰ ਪਿਛਲੇ। ਕੈਮਰਾਮੈਨ ਤਸੱਲੀ ਕਰਿਆ ਜੇ ਕਿ ਥਣ ਬਰਾਬਰ ਮੁੱਕਦੇ ਨੇ ਭਲਾ, ਜਾਂ ਕੀ ਹਿਸਾਬ ਕਿਤਾਬ ਹੈ? ਲਓ ਜੀ ਤੁਹਾਡੇ ਸਾਹਮਣੇ ਚੁਆਈ ਹੋ ਰਹੀ ਭਾਈ ਜੀ, ਸਭ ਕੁਛ ਹੋ ਰਿਹਾ। ਕੈਮਰਾਮੈਨ ਸਾਹਿਬ ਬੰਦਾ ਵੀ ਵਿਖਾਈ ਰੱਖੋ, ਵਿੱਚ ਬੰਨ ਕੇ ਕੈਮਰਾ ਇੱਕ ਜਗ੍ਹਾ 'ਤੇ ਟਿਕਾ ਕੇ ਲਾਈ ਰੱਖੋ। ਇਹ ਚੁਆਈ ਤੁਹਾਡੇ ਸਾਹਮਣੇ ਹੋ ਰਿਹਾ ਜੀ, ਹੋ ਰਹੀ ਹੈ। ਮਦਰ ਹੁਸੈਨ ਟੀਵੀ ਜਿਹੜਾ ਕੰਮ ਕਰਦਾ ਪੂਰਾ ਕਰਦਾ ਹੈ, ਇਹਦੇ 'ਚ ਗਿਲਾ ਸ਼ਿਕਵਾ ਨਹੀਂ। ਕੁਛ ਮੇਰੇ ਭਾਈਆਂ ਨੇ ਅੱਗੇ ਜਾ ਕੇ ਯਾਰ ਜਾਨਵਰ ਦੁੱਧ ਨਹੀਂ ਪੂਰਾ ਕਰਦਾ, ਭਾਈ ਜੀ ਉਹ ਆਪਣੀ ਖੁਰਾਕ ਦੇ ਸਿਰ 'ਤੇ ਕੇਅਰ ਦੇ ਸਿਰ 'ਤੇ ਦੁੱਧ ਦੇਣਾ ਹੁੰਦਾ ਜਾਨਵਰ ਨੇ। ਇਹ ਮਾਲ ਜਗ੍ਹਾ ਦਾ ਵੀ ਐਡਜਸਟਮੈਂਟ ਦਾ ਵੀ ਫਰਕ ਪੈ ਜਾਂਦਾ ਕਿ ਨਵੀਂ ਜਗ੍ਹਾ 'ਤੇ ਜਾਨਵਰ ਐਡਜਸਟ ਹੁੰਦਾ, ਉਹਦਾ ਵੀ ਫਰਕ ਪੈ ਜਾਂਦਾ ਕਿਲੋ ਦੋ ਕਿਲੋ ਦਾ। ਅਤੇ ਕੋਈ ਖੁਰਾਕ ਦੇ ਬਾਰੇ ਵੀ ਫਰਕ ਪੈ ਜਾਂਦਾ ਕਿ ਅੱਛੀ ਖੁਰਾਕ ਮਾਲਕ ਪਿੱਛੇ ਦੇ ਰਿਹਾ ਹੁੰਦਾ ਜਾਂ ਜ਼ਿਆਦਾ ਘੱਟ ਦੇ ਰਿਹਾ ਹੁੰਦਾ ਜਾਂ ਜ਼ਿਆਦਾ ਦੇ ਰਿਹਾ ਹੁੰਦਾ, ਅਤੇ ਉਹ ਖੁਰਾਕ ਦਾ ਵੀ ਵਾਧਾ ਘਾਟਾ ਹੋ ਜਾਂਦਾ ਜੀ, ਦੁੱਧ ਦਾ ਹੋ ਜਾਂਦਾ। ਅਤੇ ਜਦੋਂ ਜਾਨਵਰ ਜਾਂਦਾ ਕਿਸੇ ਪਾਸੇ ਸਫ਼ਰ ਦੇ ਵਿੱਚ, ਜਾਨਵਰ ਜਿਹੜਾ ਉਹ 6-7 ਦਿਨ ਦੁੱਧ 'ਤੇ ਨਹੀਂ ਆਉਂਦਾ, ਦੁੱਧ 'ਤੇ ਲਿਆਉਣਾ ਪੈਂਦਾ, ਖੁਰਾਕ ਖਰੂਕ ਦੇ ਕੇ ਉਹਦਾ ਥਕੇਵਾਂ ਥਕੂਵਾਂ ਉਤਰਦਾ, ਅਤੇ ਫਿਰ ਜਨਾਬ ਉਹ ਦੁੱਧ 'ਤੇ ਆਉਂਦਾ ਜਾਨਵਰ। ਚਲੋ ਪਿਛਲੇ 'ਚ ਆਵੋ ਨਾ, ਪਿਛਲੇ 'ਚ ਆਵੋ ਹੁਣ ਤਸੱਲੀ ਕਰੋ। ਲਓ ਜੀ ਹੁਣ ਪਿਛਲੇ ਥਣਾਂ ਦੀ ਚੁਆਈ ਬੰਦੇ ਨੇ ਸ਼ੁਰੂ ਕਰਤੀ ਹੈ। ਇਹ ਪਿਛਲੇ ਥਣਾਂ ਦੀ ਚੁਆਈ ਹੋ ਰਹੀ ਜੀ,
ਮੇਰਾ ਕੈਮਰਾਮੈਨ ਤੁਹਾਡੀਆਂ ਤਸੱਲੀਆਂ ਕਰਵਾਏਗਾ ਜੀ। ਲੈਣੇ ਦੇਣੇ ਮੁਕੱਦਰ ਨੇ, ਮਦਰ ਹੁਸੈਨ ਟੀ ਵੀ ਫੁੱਲ ਫੁੱਲ ਕੋਸ਼ਿਸ਼ ਕਰਦਾ ਕਿ ਕਿਸੇ ਨਾਲ ਕੋਈ ਠੱਗੀ ਧੋਖਾ ਫਰਾਡ ਨਾ ਹੋਵੇ, ਅਤੇ ਦੁੱਧ ਨਸੀਬਾਂ ਦਾ ਅਤੇ ਆਪਣੇ ਪਾਏ ਦਾ ਹੁੰਦਾ ਜੀ। ਇਹ ਤੁਹਾਨੂੰ ਮੰਡੀ ਦੇ ਜਾਨਵਰਾਂ ਤੋਂ ਬਚਾਉਂਦਾ ਅਤੇ ਖੜ ਲੱਗੇ ਜਾਨਵਰਾਂ ਤੋਂ ਬਚਾਉਂਦਾ, ਕਿਉਂਕਿ ਮੰਡੀ ਜਾਨਵਰਾਂ ਦਾ ਥਣਾਂ ਦਾ ਵਾਧਾ ਘਾਟਾ ਦਾ ਪਤਾ ਨਹੀਂ ਲੱਗਦਾ, ਦੁੱਧ ਦਾ ਪਤਾ ਨਹੀਂ ਲੱਗਦਾ, ਘਣਾ ਥੋੜ੍ਹਾ, ਇੱਥੇ ਮਦਰ ਸਾਇੰਸ ਟੀ ਵੀ ਚੋ ਲੈਂਦਾ, ਇਹ ਤਸੱਲੀਆਂ ਹੋ ਜਾਂਦੀਆਂ ਨੇ ਜੀ। ਇਹ ਜੀ 4 ਵਜੇ ਨੇ ਜੀ ਦਿਨ ਦੇ, ਸ਼ਾਮ ਦੇ 4 ਵਜੇ ਨੇ। ਮਾਲਕ ਕਹਿੰਦਾ ਜੀ ਮੈਂ 5:30 ਵਜੇ ਗਾਂ 'ਚ ਆਉਂਦਾ, ਲੇਕਿਨ ਅਸੀਂ ਜਲਦੀ ਆ ਗਏ ਹਾਂ ਅਤੇ ਭਾਈ ਹੋਰਾਂ ਨੂੰ ਦੱਸਿਆ ਨਹੀਂ ਸੀ, ਆ ਕੇ ਮਾਰਿਆ ਇਹਨਾਂ ਨੂੰ ਛਾਪਾ। ਮਦਰ ਸਾਇੰਸ ਟੀ ਵੀ ਨੇ ਕਦੇ ਕਿਸੇ ਨੂੰ ਦੱਸਿਆ ਨਹੀਂ ਕਿ ਭਾਈ ਮੈਂ ਚੁਆਈ ਕਰਾਉਣੀ, ਆ ਜੇ ਤਾਂ ਤੁਸੀਂ ਤਿਆਰ ਰਿਹਾ ਜੇ। ਇਹ ਅਚਾਨਕ ਛਾਪਾ ਮਾਰਦਾ ਉੱਥੋਂ ਆ ਕੇ, ਮਾਲਕ ਨੂੰ ਇੰਨਾ ਟਾਈਮ ਨਹੀਂ ਦਿੰਦਾ, ਸਿੱਧਾ ਪਤਾ ਨਹੀਂ ਆਉਣ ਦਿੰਦਾ। ਇਹ ਜੀ 5:30 ਵਜੇ ਮਾਲਕ ਨੇ ਚੁਆਈ ਕਰਨੀ ਸੀ ਅਤੇ 4 ਵਜੇ ਪੂਰੇ ਚੁਆਈ ਹੋਈ ਹੈ ਜੀ। 1.5 ਘੰਟਾ ਪਹਿਲੇ ਚੁਆਈ ਹੋ ਰਹੀ ਹੈ। ਚੋਵੋ ਚੋਵੋ ਜੀ ਸਲੀਆਂ ਨਾਲ ਇਹ ਮਦਰ ਹੁਸੈਨ ਟੀ ਵੀ ਚੈਨਲ ਬ੍ਰਾਂਡ ਚੈਨਲ ਹੈ, ਔਰ ਅਲਹਮਦੁਲਿਲਾ ਬ੍ਰਾਂਡ ਚੀਜ਼ਾਂ ਚੜ੍ਹਾਉਂਦਾ ਜੀ। ਜਿਹੜੀ ਗੱਲ ਕਰਦਾ ਗੱਲ ਓਨੀ ਹੁੰਦੀ ਹੈ, ਪੂਰੀ ਗੱਲ ਹੁੰਦੀ ਮਦਰ ਹੁਸੈਨ ਟੀ ਵੀ ਚੈਨਲ ਦੀ, ਇਹਦੇ 'ਚ ਕੋਈ ਵਾਧਾ ਘਾਟਾ ਜਾਂ ਫਰਕ ਨਹੀਂ ਹੁੰਦਾ। ਅਤੇ ਕਈਆਂ ਵੀਡੀਓ 'ਚ ਪਾਈ ਅਤੇ ਕਈਆਂ ਮਾਲਕ ਨੇ ਜਿਹੜੇ ਮੱਝਾਂ ਗਾਵਾਂ ਦੇ, ਉਹ ਥੋੜ੍ਹਾ ਬਹੁਤਾ ਭਾਈ ਕੂੜ ਵੀ ਮਾਰ ਲੈਂਦੇ ਨੇ। ਮਦਰ ਹੁਸੈਨ ਟੀ ਵੀ ਨੇ ਕਸਮਾ ਕੁਰਾਨ ਕਦੇ ਨਹੀਂ ਚੱਕੇ, ਅਲਹਮਦੁਲਿਲਾ ਇਹ ਮਦਰ ਹੁਸੈਨ ਟੀ ਵੀ ਦਾ ਇੱਕ ਅਸੂਲ ਹੈ। ਅਤੇ ਛੋਟਾ ਮੋਟਾ ਭਾਈ ਕੂੜ ਵੀ ਮਾਰ ਲੈਂਦੇ ਨੇ ਅਤੇ ਉਹਦਾ ਕੀ ਆਖਿਆ ਜਾ ਸਕਦਾ, ਕਿਉਂਕਿ ਮਦਰ ਹੁਸੈਨ ਟੀ ਵੀ ਦਾ ਆਪਣਾ ਮਾਲ ਨਹੀਂ ਹੁੰਦਾ, ਇਹਨੇ ਤਾਂ ਅੱਗੋਂ ਹੀ ਖਰੀਦਣਾ ਹੁੰਦਾ। ਭਾਈ ਇੱਥੇ ਲਿਆ ਕੇ ਰੱਖੋ, ਮੇਰੇ ਕੋਲ ਇੱਥੇ ਰੱਖੋ, ਬੱਚਾ ਛੱਡ ਦਿਓ। ਗੜ ਵੀ ਲਿਆ ਭਾਈ ਅਕਰਮ, ਤੁਸੀਂ ਉਰੇ ਆ ਜਾਓ, ਬੱਚਾ ਛੱਡਦਾ, ਤੁਸੀਂ ਆ ਬਾਲਟੀ 'ਚ ਪਲਟੋ ਦੁੱਧ। ਕੈਮਰਾਮੈਨ ਸਾਹਿਬ ਇੱਧਰ ਵਿਖਾਓ, ਲਓ ਜੀ ਇਸ ਬਾਲਟੀ 'ਚ ਦੁੱਧ ਪਲਟ ਕੇ ਅਤੇ ਫਿਰ ਤੁਹਾਨੂੰ ਝੱਗ ਮਾਰ ਕੇ ਦੁੱਧ ਬਣਾਉਣਾ ਮੈਂ। ਮਿਣੋ ਜੀ, ਪਾਓ ਇਹਦੇ 'ਚ। ਇੱਕ ਵਾਰੀ ਹੋਰ ਪਾਓ ਭਾਈ ਅਕਰਮ ਇੱਧਰ। ਲਓ ਜੀ ਇਹ ਪਲਟਾ ਦਵਾ ਲਿਆ ਅਤੇ ਥੋੜ੍ਹੀ ਬਹੁਤੀ ਝੱਗ ਹਾਲੇ ਵੀ ਹੈਗੀ ਹੈ, ਲੇਕਿਨ ਕੋਈ ਗੱਲ ਨਹੀਂ ਭਾਈ ਅਕਰਮ। ਆ ਲਓ ਗੜਵੀਆਂ ਮਾਰੋ, ਲਓ ਜੀ ਇਹ ਗੜਵੀਆਂ ਭਰ ਭਰ ਕੇ ਮਾਰੋ ਭਾਈ ਅਕਰਮ, ਭਰ ਭਰ ਕੇ। ਅੱਛਾ ਇੱਕ ਭਰ ਕੇ ਮਾਰੋ, ਭਰ ਕੇ। ਇਹ 2 ਜੀ, ਇਹ 3 ਜੀ, ਇਹ 4 ਜੀ, 4 ਇਹ 5, ਇਹ 6 6 6। ਲਓ ਜੀ 7.5 ਲੀਟਰ ਗਿਣ ਲਓ ਤੁਸੀਂ, 6.5 ਗਿਣ ਲਓ।
6.5 ਗਿਣ ਲਓ ਜੀ, ਗੜਵੀ ਤਾਂ ਪੂਰੀ ਥੋੜ੍ਹੀ ਜਿਹੀ ਘੱਟ ਹੈ, 6.5 ਲੀਟਰ ਗਿਣ ਲਓ ਜੀ। ਅਗਰ ਕਿਸੇ ਬੰਦੇ ਨੇ ਜਾਨਵਰ ਪਸੰਦ ਆ ਜਾਵੇ ਤਾਂ ਮਦਰ ਸੈਂਟੀ ਵੀ ਨਾ ਕਰ ਲਵੇ ਰਾਬਤਾ, ਅਤੇ ਆਪਾਂ ਇਨਸ਼ਾਅੱਲਾ ਜਾਨਵਰ ਰੋਕ ਲਵਾਂਗੇ। ਮਿਲਣੇ ਅਗਲੀ ਵੀਡੀਓ ਦੇ ਵਿੱਚ। ਪਾਕਿਸਤਾਨ ਜ਼ਿੰਦਾਬਾਦ। ਇਹ ਗਾਂ ਹੈ ਜੀ, ਹਾਂ ਠੀਕ ਹੋ ਗਿਆ ਜੀ, ਇਹ ਗਾਂ ਜਿਹਨੇ ਚੁਆਈ ਕਰਾਈ ਮੈਂ।